ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਜਿਹੜੀ ਵੀਡੀਓ ਲੈ ਕੇ ਆਇਆ ਹਾਂ, ਮੈਨੂੰ ਲੋੜ ਤਾਂ ਪਈ ਆ ਵੀਡੀਓ ਦੀ, ਕਿਉਂਕਿ ਕੁਝ ਸਮੇਂ ਤੋਂ ਕੁਝ ਸਵਾਲ ਆ ਰਹੇ ਨੇ, ਬੜੇ ਬੰਦੇ ਪੁੱਛ ਰਹੇ ਨੇ ਜੇ ਨਹੀਂ ਪੁੱਛਣੇ ਚਾਹੀਦੇ ਸਾਨੂੰ। ਜੇ ਆਪਾਂ ਇੰਟਰਨੈਟ 'ਤੇ ਆ ਗਏ ਤਾਂ ਬਿਲਕੁਲ ਹੀ ਨਹੀਂ ਪੁੱਛਣੇ ਚਾਹੀਦੇ, ਜਾਂ ਪੁੱਛ ਵੀ ਰਹੇ ਹਾਂ ਤਾਂ ਕਿਸੇ ਗੁਰੂ ਘਰ ਦੇ ਸੇਵਕ ਕੋਲੋਂ ਪੁੱਛੀਏ, ਜਾਂ ਫਿਰ ਉਹਦੇ ਕੋਲੋਂ ਪੁੱਛੀਏ ਜਿਹੜਾ ਕਥਾ ਕਰਦਾ ਆ। ਮੈਂ ਤਾਂ ਦਾਸ ਛੋਟਾ ਜਿਹਾ, ਮੇਰੇ ਜਿਹੜੀ ਮੈਂ ਸਿੱਖਿਆ ਉਹ ਮੈਂ ਤੁਹਾਨੂੰ ਦੱਸ ਰਿਹਾ ਹਾਂ, ਮੈਂ ਵੀ ਜ਼ਿਆਦਾ ਨਹੀਂ ਜਾਣਦਾ। ਜੇ ਦਾਸ ਕੋਲ ਕੋਈ ਗਲਤੀ ਹੋ ਜਾਵੇ ਤਾਂ ਮੈਨੂੰ ਮਾਫ਼ ਕਰਨਾ। ਅਤੇ ਪਹਿਲਾ ਸਵਾਲ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਕਾਹਤੋਂ ਛੱਡਿਆ ਅਨੰਦਪੁਰ ਸਾਹਿਬ ਦਾ, ਜੇ ਉਹਨਾਂ ਨੂੰ ਪਤਾ ਸੀਗਾ ਕਿ ਮੁਗਲਾਂ ਨੇ ਹਮਲਾ ਕਰਨਾ ਆ, ਕਿ ਉਹ ਅੰਤਰਯਾਮੀ ਨਹੀਂ ਸੀਗੇ, ਕਿ ਉਹਨਾਂ ਨੂੰ ਕਦੇ ਪਤਾ ਨਹੀਂ ਸੀ ਲੱਗਣਾ ਕਿ ਗੁਰੂ ਗੋਬਿੰਦ ਸਿੰਘ ਜੀ ਨਹੀਂ ਜਾਣਦੇ ਸੀਗੇ ਕਿ ਮੁਗਲ ਅਤੇ ਪਹਾੜੀ ਰਾਜੇ ਗੁੱਜਰ ਇਹਨਾਂ ਨੇ ਧੋਖਾ ਦੇਣਾ ਗੁਰੂ ਗੋਬਿੰਦ ਸਿੰਘ ਜੀ ਨੂੰ। ਇਹਦਾ ਵੀ ਜਵਾਬ ਕੀ ਆ ਉਹ ਤੁਹਾਨੂੰ ਦੱਸਦਾ ਮੈਂ। ਅਤੇ ਦੂਜਾ ਸਵਾਲ ਸੀਗਾ ਕਿ ਜਿਹੜਾ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਉਹ ਮੁਗਲਾਂ ਦੀ 10 ਲੱਖ ਦੀ ਫੌਜ ਨਹੀਂ ਸੀ, ਕਿਉਂਕਿ ਮੁਗਲਾਂ ਕੋਲ ਤਾਂ ਟੋਟਲੀ ਜਿਹੜੀ ਫੌਜ ਸੀਗੀ ਉਹ 10 ਜਾਂ 11 ਲੱਖ ਦੇ ਕਰੀਬ ਸੀ। ਇੱਦਾਂ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ, ਅੱਗੇ ਜਾ ਕੇ ਦੱਸਾਂਗੇ। ਪਹਿਲੇ ਪਹਿਲੇ ਸਵਾਲ ਦਾ ਜਵਾਬ ਦਿੰਦੇ ਹਾਂ, ਮੈਂ ਜ਼ਿਆਦਾ ਨਹੀਂ ਖਿੱਚਣੀ ਕਿਉਂਕਿ ਆ ਜ਼ਿਆਦਾ ਹੋ ਜੂੰਗੀ। ਅਤੇ ਪਹਿਲਾ ਜਿਹੜਾ ਸਵਾਲ ਸੀਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਪਤਾ ਸੀਗਾ, ਅਤੇ ਉਹਦਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਸੀ, ਇੱਦਾਂ ਸਾਨੂੰ ਪਤਾ ਵੀ ਕਿੱਦਾਂ ਲੱਗਦਾ ਉਹ ਦੱਸਦਾ। ਉਹ ਤੋਂ ਪਹਿਲਾਂ ਮੈਂ ਤੁਹਾਨੂੰ ਉਹਨਾਂ ਦੇ ਬਾਰੇ ਦੱਸਦਾ ਮੁਗਲਾਂ ਬਾਰੇ। 1704 'ਚ ਜਨਵਰੀ ਦਾ ਮਹੀਨਾ ਸੀਗਾ, ਮੁਗਲ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ 'ਤੇ ਹਮਲਾ ਕਰਨ ਆਏ ਸੀਗੇ ਪਰ ਹਾਰ ਗਏ। ਫਿਰ ਉਹ ਮੁਗਲ ਅਤੇ ਪਹਾੜੀ ਰਾਜੇ ਰਲ ਕੇ, ਉਹ ਜਿਹੜੇ ਮੁਗਲ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਸੂਬੇਦਾਰ ਹੁੰਦੇ ਆ, ਆਪਾਂ ਔਰੰਗਜ਼ੇਬ ਦੀ ਹਾਲੇ ਗੱਲ ਨਹੀਂ ਕਰ ਰਹੇ, ਔਰੰਗਜ਼ੇਬ ਹਾਲੇ ਆਇਆ ਨਹੀਂ ਆ, ਠੀਕ ਆ। ਹੁਣ ਪਹਾੜੀ ਰਾਜੇ ਦਿੱਲੀ ਦੇ ਸੂਬੇਦਾਰ ਕੋਲ ਜਾਂਦੇ ਆ, ਜਿਹੜਾ ਦਿੱਲੀ ਦਾ ਸੂਬੇਦਾਰ ਸੀਗਾ, ਕਿਉਂਕਿ ਦਿੱਲੀ 'ਚ ਮੁਗਲ ਰਾਜਾ ਨਹੀਂ ਸੀ ਉਸ ਵਕਤ। ਜਦੋਂ ਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ, ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਆਪਣੀ ਸ਼ਹਾਦਤ ਦੇ ਕੇ, ਉਹ ਤੋਂ ਬਾਅਦ ਮੁਗਲ ਰਾਜਾ ਔਰੰਗਜ਼ੇਬ ਕਦੇ ਵੀ ਦਿੱਲੀ 'ਚ ਨਹੀਂ ਸੀ ਰਹਿ ਸਕਿਆ। ਉਹ ਫਿਰ ਉਹਨੇ ਸ਼ਿਫਟ ਕਰ ਲਿਆ ਸੀਗਾ, ਉਹ ਫਿਰ ਮਹਾਰਾਸ਼ਟਰ 'ਚ ਰਹਿੰਦਾ ਸੀ। ਮਹਾਰਾਸ਼ਟਰ 'ਚ ਇੱਕ ਥਾਂ ਆ, ਮੈਨੂੰ ਨਾਂ ਨਹੀਂ ਪੱਕਾ ਉਹਦਾ ਤਾਂ ਮੈਂ ਲੈਣਾ ਵੀ ਨਹੀਂ, ਉੱਥੇ ਉਹ ਰਹਿੰਦਾ ਸੀਗਾ। ਫਿਰ ਪਹਾੜੀ ਰਾਜੇ ਜਦੋਂ ਦਿੱਲੀ ਦੇ ਸੂਬੇਦਾਰ ਕੋਲ ਗਏ, ਉਹ ਤੋਂ ਉਹਨੇ ਗੱਲ ਕੀਤੀ ਅਤੇ ਕਿਹਾ ਉਹਨਾਂ ਨੂੰ ਕਿ ਬਾਬਾ ਜੀ ਇੱਦਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਬੜੇ ਤੰਗ ਕਰਦੇ ਨੇ, ਬਹੁਤ ਪਰੇਸ਼ਾਨ ਕਰਦੇ ਨੇ। ਤਾਂ ਦਿੱਲੀ ਦੇ ਸੂਬੇਦਾਰ ਨੇ ਉਹਨੂੰ ਕਿਹਾ ਕਿ ਮੈਂ ਕੁਝ ਨਹੀਂ ਕਰ ਸਕਦਾ, ਉਹ ਪਾਕ ਰੂਹ ਆ, ਮੇਰੀ ਉਹਤੇ ਹੱਕ ਨਹੀਂ ਚੱਲਣਾ ਮੇਰਾ, ਮੈਂ ਉਹਦੇ ਉੱਤੇ ਕੁਝ ਨਹੀਂ ਕਰ ਸਕਦਾ ਉਹਦੇ ਕਰਕੇ। ਉਹਨਾਂ ਨੇ ਕਿਹਾ ਕਿ ਤੁਸੀਂ ਬਾਦਸ਼ਾਹ ਕੋਲ ਜਾਓ। ਫਿਰ ਪਹਾੜੀ ਰਾਜੇ ਬਾਦਸ਼ਾਹ ਕੋਲ ਗਏ, ਉਸ ਵਕਤ ਦਾ ਜਿਹੜਾ ਬਾਦਸ਼ਾਹ ਸੀਗਾ ਔਰੰਗਜ਼ੇਬ, ਉਹਦੇ ਕੋਲ ਗਏ, ਉਹਨੂੰ ਇੱਕ ਦੀ ਚਾਲ ਲਾਈ ਅਤੇ ਬੜੀ ਬੜੀ ਝੂਠੀਆਂ ਗੱਲਾਂ ਕਰਕੇ ਬਾਦਸ਼ਾਹ ਨੂੰ ਮਨਾਇਆ ਕਿ ਔਰੰਗਜ਼ੇਬ ਨੂੰ ਬੜੀ ਮੁਸ਼ਕਿਲਾਂ ਨਾਲ ਮਨਾ ਕੇ ਕਿ ਗੁਰੂ ਗੋਬਿੰਦ ਸਿੰਘ ਜੀ ਗਲਤ ਆ, ਝੂਠਾ ਇਨਸਾਨ ਆ। ਉਹਨੂੰ ਕਿਹਾ ਸੀਗਾ ਕਿ ਸਿੰਘ ਤਾਂ ਕਹਿੰਦੇ ਆ ਦਿੱਲੀ 'ਚ ਸਾਡਾ ਰਾਜ ਹੋਊਗਾ, ਆ ਉਸ ਵਕਤ ਦੇ ਬੋਲ ਉਹਨਾਂ ਨੇ ਕਹੇ ਕੀ ਹੈ। ਫਿਰ ਔਰੰਗਜ਼ੇਬ ਨੇ ਸੈਨਾ ਭੇਜੀ, ਅਤੇ ਸੈਨਾ ਕਿੰਨੀ ਸੀਗੀ ਉਹਨਾਂ ਦੀ, 1.5 ਲੱਖ ਅਤੇ 2 ਲੱਖ ਦੇ ਕਰੀਬ ਮੁਗਲ ਫੌਜ ਸੀਗੀ। ਫਿਰ 4 ਲੱਖ ਦੇ ਕਰੀਬ ਸ਼ਾਇਦ ਪਹਾੜੀ ਰਾਜਿਆਂ ਦੀ ਫੌਜ ਸੀਗੀ,
ਅਤੇ ਬਾਕੀ ਜਿਹੜੀ ਫੌਜ ਸੀਗੀ ਉਹ ਸੀਗੇ ਗੁੱਜਰ ਅਤੇ ਆਸ ਪਾਸ ਦੇ ਜਿੰਨੇ ਵੀ ਲੋਕ ਗੁਰੂ ਜੀ ਨਾਲ ਨਹੀਂ ਬਹਿੰਦੇ ਸੀਗੇ ਅਤੇ ਗੁਰੂ ਜੀ ਨਾਲ ਪੈਰ ਰੱਖਦੇ ਸੀ ਉਹ ਸੀਗੇ, ਕਿਉਂਕਿ ਗੁਰੂ ਜੀ ਸੱਚ ਦੀ ਗੱਲ ਕਰਦੇ ਸੀਗੇ ਤਾਂ ਹਰ ਕਿਸੇ ਦੇ ਪੱਲੇ ਨਹੀਂ ਪੈਂਦੇ। ਅੱਜ ਵੀ ਤੁਸੀਂ ਸੱਚ ਦੀ ਗੱਲ ਕਰੋਗੇ ਤਾਂ ਜ਼ਿਆਦਾਤਰ ਬੰਦੇ ਜਾਂ ਤਾਂ ਤੁਹਾਡੇ ਖਿਲਾਫ਼ ਹੋ ਜਾਣਗੇ ਜਾਂ ਤਾਂ ਤੁਹਾਨੂੰ ਝੂਠਾ ਕਹਿ ਦੇਣਾ। ਜਿੱਦਾਂ ਪਹਿਲਾਂ ਜਦੋਂ ਬਾਬਾ ਦੀਪ ਸਿੰਘ ਜੀ ਬਾਰੇ ਕਈ ਬੰਦਿਆਂ ਨੇ ਕਿਹਾ ਉਹ ਭੰਗੀ ਸੀ ਪਤਾ ਨਹੀਂ ਕੀ ਤੁਸੀਂ ਇੱਕ ਗੱਲ ਯਾਦ ਰੱਖੋ, ਜੇ ਕਦੇ ਵੀ ਕਿਸੇ ਦੀ ਬੁਰਾਈ ਹੁੰਦੀ ਆ ਇਹਦਾ ਮਤਲਬ ਜ਼ਰੂਰੀ ਨਹੀਂ ਕਿ ਉਹ ਬੁਰਾਈ ਹੋਵੇ, ਹੋ ਸਕਦਾ ਉਸ ਸਮੇਂ ਦੀ ਸਰਕਾਰ ਉਹਨੂੰ ਬੁਰਾ ਦਿਖਾਉਣਾ ਚਾਹੁੰਦੀ ਹੋਵੇ। ਅਤੇ ਹੁਣ ਆਪਾਂ ਅੱਜ ਵਾਪਸ ਚੱਲਦੇ ਹਾਂ ਦਿੱਲੀ 'ਚ, ਜਦੋਂ ਫੌਜ ਨਿਕਲੀ ਦਿੱਲੀ ਤੋਂ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਅਤੇ ਤੁਸੀਂ ਇੱਕ ਗੱਲ ਯਾਦ ਰੱਖੋ ਪਹਿਲੀ ਲੜਾਈ ਜਿਹੜੀ ਉਹ ਹਾਰ ਗਏ ਸੀਗੇ ਜਨਵਰੀ 'ਚ, ਅਤੇ ਫਿਰ ਉਹਨਾਂ ਨੇ ਜ਼ਿਆਦਾ ਟਾਈਮ ਨਹੀਂ ਸੀ ਲਾਇਆ, ਜਨਵਰੀ 'ਚ ਹਾਰ ਕੇ ਉਹਨਾਂ ਨੇ ਮਾਰਚ 'ਚ ਵਾਪਸ ਘੇਰਾ ਪਾ ਲਿਆ ਅਨੰਦਪੁਰ ਸਾਹਿਬ ਨੂੰ। ਕੁਛ ਸਮੇਂ ਬੀਤਿਆ, ਕੁਛ ਸਮੇਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕੋਲ ਸਿੰਘਾਂ ਨੇ ਆ ਕੇ ਬੇਨਤੀ ਕੀਤੀ ਕਿ ਤੁਸੀਂ ਇੱਦਾਂ ਆਪਾਂ ਜ਼ਿਆਦਾ ਦਿਨ ਨਹੀਂ ਰਹਿ ਸਕਦੇ, ਸਾਨੂੰ ਕੁਝ ਕੱਢਣਾ ਪਊਗਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਚਲੋ ਵੇਖਦੇ ਹਾਂ ਕੀ ਬਣਦਾ। ਫਿਰ ਜਦੋਂ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਵੇਖਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਘੇਰਾ ਪਾ ਕੇ ਵੀ ਨਹੀਂ ਹਰਾ ਪਾ ਰਹੇ, ਉਹਨਾਂ ਨੇ ਨਾ ਇੱਕ ਤਰੀਕਾ ਨਿਕਾਲਿਆ। ਉਹਨਾਂ ਨੇ ਇੱਕ ਤੁਸੀਂ ਲਓ ਸੋਚਿਆ ਕਿ ਆਪਾਂ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਨੂੰ ਬਾਹਰ ਮੰਗਦੇ ਹਾਂ ਅਤੇ ਬਾਹਰ ਬੁਲਾਉਂਦੇ ਹਾਂ। ਉਹਨਾਂ ਨੇ ਕੀ ਕੀਤਾ, ਪਹਿਲੀ ਵਾਰ ਆਹ ਦੋ ਵਾਰੀ ਹੋਇਆ ਸੀਗਾ, ਤੁਸੀਂ ਯਾਦ ਰੱਖਣਾ ਆਹ ਬੜੀ ਇੰਪੋਰਟੈਂਟ ਗੱਲ ਆ। ਜਿਹੜੇ ਬੰਦੇ ਸਵਾਲ ਪੁੱਛਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਪਤਾ ਨਹੀਂ ਸੀ, ਉਹਦਾ ਜਵਾਬ ਆ ਆ, ਪਹਿਲੀ ਵਾਰ ਜਦੋਂ ਮੁਗਲਾਂ ਨੇ ਕੁਰਾਨ ਪਾਕ ਦੀ ਕਸਮ ਖਾਈ ਹਿੰਦੂਆਂ ਨੇ ਅਤੇ ਪਹਾੜੀ ਰਾਜਿਆਂ ਕਹਾਂ ਮੈਂ ਤਾਂ, ਉਹਨਾਂ ਨੇ ਗੀਤਾ ਅਤੇ ਗਊ ਦੀ ਕਸਮ ਖਾਈ, ਆਟੇ ਦੀ ਗਊ ਬਣਾ ਕੇ ਉਹਦੀ ਕਸਮ ਖਾਈ ਅਤੇ ਕਿਹਾ ਕਿ ਅਸੀਂ ਤੁਹਾਡੇ 'ਤੇ ਹਮਲਾ ਨਹੀਂ ਕਰਨਾ। ਅਤੇ ਗੁਰੂ ਜੀ ਨੇ ਕਿਹਾ ਕਿ ਉਹਨਾਂ ਨੂੰ ਪਤਾ ਸੀਗਾ, ਅਤੇ ਜਦੋਂ ਸਿੰਘ ਵਾਪਸ ਆਏ ਉਹਨਾਂ ਨੇ ਕਿਹਾ ਕਿ ਗੁਰੂ ਜੀ ਇੱਦਾਂ ਇੱਦਾਂ ਉਹਨਾਂ ਨੇ ਕਿਹਾ ਆ, ਸਾਨੂੰ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਉਹਨਾਂ ਨੇ ਕਿਹਾ ਸੀਗਾ ਤੁਸੀਂ ਇੱਕ ਵਾਰੀ ਜੰਗ ਟਾਲ ਦਿਓ, ਆਪਾਂ ਕਦੇ ਫਿਰ ਸਿੰਘਾਂ ਨਾਲ ਲੜਾਈ ਨਹੀਂ ਕਰਨੀ। ਗੁਰੂ ਜੀ ਨੇ ਕਿਹਾ ਕਿ ਤੁਸੀਂ ਥੱਲੇ ਜਾਣਦੇ ਨਹੀਂ, ਮੈਨੂੰ ਪਤਾ ਇਹਨਾਂ ਨੇ ਜਦੋਂ ਆਪਾਂ ਛੱਡਾਂਗੇ ਤਾਂ ਉਹਨਾਂ ਨੇ ਹਮਲਾ ਕਰ ਦੇਣਾ। ਅਤੇ ਗੁਰੂ ਜੀ ਕੋਲ ਸਿੰਘਾਂ ਨੇ ਬੇਨਤੀ ਕੀਤੀ, ਨਹੀਂ ਗੁਰੂ ਜੀ ਆਪਾਂ ਜ਼ਿਆਦਾ ਟਾਈਮ ਨਹੀਂ ਰੁਕ ਸਕਦੇ ਇਹ ਤਾਂ। ਗੁਰੂ ਜੀ ਨੇ ਕਿਹਾ ਚਲੋ ਮੈਂ ਤੁਹਾਨੂੰ ਦੱਸਦਾ। ਫਿਰ ਗੁਰੂ ਜੀ ਮਣ ਕੇ ਹਲੇ ਪਹਿਲੀ ਵਾਰ ਆ, ਠੀਕ ਆ ਪਹਿਲੀ ਵਾਰ ਆ, ਦੂਜੀ ਵਾਰੀ 'ਚ ਗੁਰੂ ਜੀ ਨੇ ਕਿਲ੍ਹਾ ਛੱਡਿਆ ਸੀਗਾ, ਆਪਾਂ ਪਹਿਲੀ ਵਾਰ ਦੀ ਗੱਲ ਕਰ ਰਹੇ ਹਾਂ, ਠੀਕ ਆ। ਅਤੇ ਗੁਰੂ ਜੀ ਨੇ ਭੇਜੇ ਆਪਣੇ, ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਾਨੂੰ ਰਸਦ ਪਾਣੀ ਲਿਜਾਣ ਵਾਸਤੇ ਘੋੜੇ ਅਤੇ ਸਾਨੂੰ ਕਾਠੀ ਜਿਸ 'ਚ ਆਪਾਂ ਸਮਾਨ ਲੈ ਕੇ ਜਾਈਏ ਉਹ ਸਮਾਨ ਭੇਜ ਦਿਓ, ਠੀਕ ਆ ਉਸ ਸਮੇਂ ਜਿੱਦਾਂ ਚੱਲਦੇ ਸੀਗੇ ਉਹ ਭੇਜ ਦਿਓ। ਗੁਰੂ ਜੀ ਕੋਲ ਉਹ ਆਏ, ਮੁਗਲਾਂ ਨੇ ਭੇਜ ਤੇ, ਸਿੰਘਾਂ ਨੂੰ ਥੋੜ੍ਹਾ ਹੋਰ ਵਿਸ਼ਵਾਸ ਹੋ ਗਿਆ ਮੁਗਲਾਂ 'ਤੇ ਅਤੇ ਪਹਾੜੀ ਰਾਜਿਆਂ 'ਤੇ। ਅਤੇ ਗੁਰੂ ਜੀ ਨੇ ਨਾ ਆਪਣਾ ਸਮਾਨ ਨਹੀਂ ਭੇਜਿਆ, ਅਤੇ ਸਿੰਘ ਵੀ ਹੈਰਾਨ ਸੀਗੇ ਇਸ ਗੱਲ 'ਚ ਕਿ ਗੁਰੂ ਜੀ ਨੇ ਸਮਾਨ ਮੰਗਾ ਤਾਂ ਲਏ ਆ, ਉਹਨਾਂ ਨੇ ਘੋੜੇ ਮੰਗਾ ਲਏ ਜਿਹਦੇ 'ਤੇ ਸਮਾਨ ਜਾਊਗਾ, ਪਰ ਉਹਨਾਂ ਨੇ ਸਮਾਨ ਨਹੀਂ ਭੇਜਿਆ, ਨਾ ਉਹਦੇ 'ਤੇ ਲੱਦਿਆ ਕੋਈ ਸਮਾਨ, ਆਪਣਾ ਕੀਮਤੀ ਸ਼ਸਤਰ ਨਾ ਲੱਦੇ, ਨਾ ਉਹਨਾਂ ਨੇ ਰਸਦ ਪਾਣੀ ਲੱਦਿਆ। ਉਹਨਾਂ ਨੇ ਲੱਦਿਆ ਕਿ ਜਿਹੜੇ ਵੀ ਅਨੰਦਪੁਰ ਸਾਹਿਬ 'ਚ ਤੁਸੀਂ ਲਾਓ ਪੱਥਰ ਸੀਗੇ, ਜਿਹੜੇ ਫਾਲਤੂ ਸਮਾਨ ਪਿਆ ਸੀਗਾ ਉਹ ਉਹਨਾਂ ਨੇ ਲਾ ਦਿੱਤਾ,
ਤੇ ਸਿੰਘ ਹੈਰਾਨ ਸੀਗੇ ਇਸ ਵਕਤ 'ਚ ਕਿ ਇੱਦਾਂ ਕਿਉਂ ਗਾ ਰਹੇ ਨੇ ਗੁਰੂ ਪਿਤਾ, ਇੱਦਾਂ ਕਾਹਤੋਂ ਗਾ ਰਹੇ ਨੇ। ਅਤੇ ਇੰਨੀ ਗੱਲ ਹੋਈ ਅਤੇ ਗੁਰੂ ਜੀ ਕੋਲ ਵਾਪਸ ਆ ਗਏ ਸਿੰਘ, ਪੁੱਛਣ ਕਿ ਬਾਬਾ ਜੀ ਇੱਦਾਂ ਨਾ ਕਰੋ, ਗੁਰੂ ਪਿਤਾ ਇੱਦਾਂ ਨਾ ਕਰੋ, ਉਹਨਾਂ ਦਾ ਵਿਸ਼ਵਾਸ ਆ ਸਾਡੇ 'ਤੇ, ਸਾਨੂੰ ਵਿਸ਼ਵਾਸ ਕਰੀਏ ਭੇਜਿਆ। ਗੁਰੂ ਜੀ ਨੇ ਕਿਹਾ ਰੁਕੋ ਜ਼ਰਾ, ਆ ਜਾਣ ਦੋ ਸਮਾਨ। ਜਦੋਂ ਉਹ ਸਮਾਨ ਗਿਆ ਤਾਂ ਜਿਹੜੇ ਪਹਾੜੀ ਰਾਜੇ ਸੀਗੇ ਉਹਨਾਂ ਦਾ ਮਨ ਡੋਲ ਗਿਆ, ਉਹਨਾਂ ਨੂੰ ਲੱਗਿਆ ਗੁਰੂ ਜੀ ਨੇ ਨਾ, ਅਤੇ ਨਾ ਗੁਰੂ ਜੀ ਨੇ ਕੀ ਕੀਤਾ ਸੀਗਾ, ਨੀਚੇ ਪੱਥਰ ਸੀਗੇ ਅਤੇ ਉੱਤੇ ਸੋਹਣੀ ਸੋਹਣੀ ਚਾਦਰਾਂ ਲਾਤੀ ਸੀ, ਜਿਹਦੇ ਜਿੱਦਾਂ ਆਪਾਂ ਸੋਨੇ ਨੂੰ ਆਪਣਾ ਸਾਂਭ ਕੇ ਰੱਖਦੇ ਹਾਂ ਨਾ, ਉੱਦਾਂ ਗੁਰੂ ਜੀ ਨੇ ਦਿਖਾਇਆ ਸੀ ਇਹਦੇ 'ਚ ਸੋਨਾ ਪਿਆ ਆ। ਅਤੇ ਮੁਗਲਾਂ ਨੂੰ, ਪਹਾੜੀ ਰਾਜਿਆਂ ਨੂੰ ਲਾਲਚ ਪੈ ਗਿਆ, ਉਹਨਾਂ ਨੇ ਸਮਝਿਆ ਕਿ ਆ ਗੁਰੂ ਪਿਤਾ ਜੀ ਦਾ ਸੋਨਾ ਆ, ਗੁਰੂ ਗੋਬਿੰਦ ਸਿੰਘ ਜੀ ਦਾ ਖਜ਼ਾਨਾ, ਉਹਨਾਂ ਨੇ ਖੋਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇੱਦਾਂ ਉਹ ਜਿਹੜਾ ਸਮਾਨ ਜਾ ਰਿਹਾ ਸੀਗਾ ਉਹਦੇ 'ਤੇ ਹੱਲਾ ਬੋਲਤਾ, ਅਤੇ ਜਦੋਂ ਲੈ ਕੇ ਗਏ ਘਰ ਤਾਂ ਉਹਨਾਂ ਨੂੰ ਪਤਾ ਲੱਗਿਆ ਇਹ ਤਾਂ ਪੱਥਰ ਆ, ਇਹਦੇ ਵਿੱਚ ਤਾਂ ਕੁਝ ਵੀ ਨਹੀਂ। ਅਤੇ ਸਿੰਘ ਜਿਹੜੇ ਕਹਿ ਰਹੇ ਸੀਗੇ ਜਿਨ੍ਹਾਂ ਨੂੰ ਡੋਲ ਗਿਆ ਸੀਗਾ ਗੁਰੂ ਪਿਤਾ ਨਾਲ ਭਰੋਸਾ, ਉਹ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ, ਮੁਗਲ ਤਾਂ ਧੋਖਿਆ ਕਰਨਾ ਸੀਗਾ ਮੁਗਲਾਂ ਨੇ ਆ ਗੱਲ। ਤੋਂ ਥੋੜ੍ਹੇ ਟਾਈਮ ਬਾਅਦ ਫਿਰ ਮੁਗਲਾਂ ਨੇ, ਮੁਗਲ ਦਾ ਜਿਹੜਾ ਉਸ ਵਕਤ ਦਾ ਸੂਬੇਦਾਰ ਸੀਗਾ, ਉਹਨੇ ਖਤ ਲਿਖ ਕੇ ਭੇਜਿਆ ਕਿ ਜਿੰਨੇ ਵੀ ਆ ਕੀਤਾ ਉਹਦੇ ਖਿਲਾਫ ਆਪਾਂ ਸਖ਼ਤ ਕਾਰਵਾਈ ਕੀਤੀ ਆ, ਅਤੇ ਤੁਸੀਂ ਵਾਪਸ ਕਿਲ੍ਹਾ ਛੱਡ। ਗੁਰੂ ਜੀ ਨੇ ਮਨਾ ਕਰਤਾ ਕਿ ਆਪਾਂ ਕਿਲ੍ਹਾ ਨਹੀਂ ਛੱਡ। ਸਿੰਘ ਆਈ, ਸਿੰਘਾਂ ਨੇ ਫਿਰ ਆਹੀ ਕੰਮ ਕੀਤਾ, ਸਿੰਘਾਂ ਨੇ ਗੁਰੂ ਪਿਤਾ ਜੀ ਨੂੰ ਕਿਹਾ ਕਿ ਤੁਸੀਂ ਕਿਲ੍ਹਾ ਛੱਡ ਦਿਓ, ਅਤੇ ਗੁਰੂ ਜੀ ਕਹਿੰਦੇ ਤੁਸੀਂ ਇੱਦਾਂ ਕਰੋ। ਅਤੇ ਆਹ ਜਿਹੜਾ ਸਮਾਂ ਸੀਗਾ ਉਹ ਸਮਾਂ ਸੀ ਜਦੋਂ ਮੁਗਲਾਂ ਦਾ ਰਸਦ ਪਾਣੀ ਟੁੱਟ ਗਿਆ ਸੀ ਪੂਰਾ, ਕਿਉਂ ਕਿਉਂਕਿ ਜਿੱਦਾਂ ਸਾਨੂੰ ਪਤਾ ਇਸ ਮਹੀਨੇ 'ਚ ਜਿਹੜਾ ਮਹੀਨਾ ਚੱਲ ਰਿਹਾ ਸੀਗਾ ਸਤੰਬਰ, ਉਸ ਮਹੀਨੇ 'ਚ ਮੀਂਹ ਬੜਾ ਪੈਂਦਾ ਆ, ਅਤੇ ਕਿਲ੍ਹੇ 'ਚ ਤਾਂ ਕੋਈ ਦਿੱਕਤ ਨਹੀਂ ਸੀ ਮੀਂਹ ਦੀ, ਰਸਦ ਪਾਣੀ ਦੀ ਦਿੱਕਤ ਹੋ ਰਹੀ ਸੀ ਪਰ ਮੀਂਹ ਦੇ ਨਾਲ ਕੋਈ ਦਿੱਕਤ ਨਹੀਂ ਸੀ। ਗੁਰੂ ਜੀ ਨੂੰ ਕੋਈ ਦਿੱਕਤ ਨਹੀਂ ਹੋਈ ਮੀਂਹ ਤੋਂ, ਪਰ ਜਿਹੜੇ ਪਹਾੜ 'ਤੇ ਜਿਹਦੇ ਕਿਲ੍ਹੇ ਦੇ ਨੀਚੇ ਟੈਂਟ ਲਾਏ ਹੀ ਸੀਗੇ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ, ਉਹਦੇ 'ਚ ਕੀ ਹੋ ਰਿਹਾ ਸੀਗਾ, ਉਹ ਪਾਣੀ ਜਿਹੜਾ ਮੀਂਹ ਪੈਣ ਡਿਆ ਸੀ ਉਹ ਪਾਣੀ ਟੈਂਟ ਦੇ ਵਿੱਚ ਚਲੇ ਜਾਂਦਾ, ਜਿਹੜੇ ਸੈਨਿਕ ਸੀਗੇ ਉਹਨਾਂ ਨੂੰ ਸੌਣ ਨਾ ਦਿੰਦਾ, ਜਿਹੜੀ ਅੱਗ ਬਾਲੀ ਸੀ ਉਹ ਅੱਗ ਬੁਝਾ ਦਿੰਦਾ ਸੀ। ਅਤੇ ਮੁਗਲਾਂ ਦਾ, ਪਹਾੜੀ ਰਾਜਿਆਂ ਦਾ ਜਿਹੜਾ ਮਨ ਸੀਗਾ ਉਹ ਡੋਲ ਗਿਆ, ਉਹ ਕਹਿੰਦੇ ਆਪਾਂ ਹਾਰ ਗਏ ਹਾਂ, ਸਾਨੂੰ ਚਲੇ ਜਾਣਾ ਚਾਹੀਦਾ। ਆ ਗੱਲ ਗੁਰੂ ਪਿਤਾ ਨੂੰ ਪਤਾ ਹੋਊਗੀ ਕਿ ਆ ਚਲੇ ਜਾਣਗੇ ਕੁਝ ਦਿਨਾਂ 'ਚ, 5 ਦਿਨ 'ਚ, 6 ਦਿਨ 'ਚ, 20 ਦਿਨ 'ਚ ਇਹਨਾਂ ਨੇ ਚਲੇ ਜਾਣਾ। ਫਿਰ ਸਿੰਘ ਆਏ, ਸਿੰਘਾਂ ਨੇ ਗੁਰੂ ਜੀ ਨੂੰ ਕਿਹਾ ਵੀ ਗੁਰੂ ਜੀ ਆਪਾਂ ਛੱਡ ਦਿੰਦੇ ਹਾਂ, ਉਹਨਾਂ ਨੇ ਤਾਂ ਕਿਹਾ ਹੀ ਆਪਾਂ ਕਦੇ ਵੀ ਸਿੰਘਾਂ 'ਤੇ ਹਮਲਾ ਨਹੀਂ ਕਰਨਾ। ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਦੇਖੋ ਇੱਦਾਂ ਨਹੀਂ ਹੁੰਦਾ, ਤੁਸੀਂ 18 ਦਿਨ ਰੁਕ ਜਾਓ। 18 ਦਿਨ ਦਾ ਮਤਲਬ 18 ਦਿਨ ਤੁਸੀਂ ਰੁਕ ਜਾਓ, ਇਹਨਾਂ ਮੁਗਲਾਂ ਨੇ ਚਲੇ ਜਾਣਾ। ਸਿੰਘ ਕਹਿੰਦੇ ਨਹੀਂ ਨਹੀਂ 18 ਦਿਨ ਤਾਂ ਨਹੀਂ ਰੁਕਿਆ ਜਾਣਾ ਸਾਡੇ ਤੋਂ। ਗੁਰੂ ਜੀ ਕਹਿੰਦੇ ਕਿ ਇੱਦਾਂ ਕਰੋ ਫਿਰ 16 ਦਿਨ ਰੁਕ ਜਾਓ, 16 ਦਿਨ 'ਚ ਆਪਾਂ ਚਲੇ ਜਾਣਾ। ਸਿੰਘਾਂ ਨੇ ਉਹਦੇ ਵੀ ਮਨਾ ਕਰ। ਇੱਦਾਂ ਕਰਦੇ ਕਰਦੇ ਗੁਰੂ ਜੀ 3 ਦਿਨ 'ਤੇ ਆਈ ਅਤੇ ਸਿੰਘਾਂ ਨੇ ਮਨਾ ਕਰਤਾ, ਅਤੇ ਆਖਰੀ 'ਚ ਗੁਰੂ ਜੀ ਨੂੰ ਛੱਡਣਾ ਪਿਆ ਕਿਲ੍ਹਾ। ਅਤੇ ਜਿਹੜੇ ਦਿਨ ਗੁਰੂ ਜੀ ਨੇ ਕਿਲ੍ਹਾ ਛੱਡਿਆ ਉਹ 19 ਦਸੰਬਰ ਸੀਗਾ, ਜਿਹਦੇ 'ਚ ਆਪਾਂ ਕਹੀਏ 19 ਦਸੰਬਰ ਦੀ ਰਾਤ ਸੀਗੀ, ਆਪਾਂ ਉਹਨੂੰ 20 ਦਸੰਬਰ ਵੀ ਕਹਿ ਸਕਦੇ ਹਾਂ, ਕਈ ਬੰਦੇ 19 ਦਸੰਬਰ ਵੀ ਕਹਿੰਦੇ ਆ। 1704 ਦਾ
ਲੱਗਦਾ ਹੈ। ਫਿਰ ਤੁਹਾਨੂੰ ਪਤਾ ਕੀ ਹੋਇਆ, ਕਿੱਦਾਂ ਹੋਇਆ, ਆਹੀ ਸੀਗਾ ਗੁਰੂ ਪਿਤਾ ਨੂੰ ਕਾਹਤੋਂ ਅਨੰਦਪੁਰ ਸਾਹਿਬ ਛੱਡਣਾ ਪਿਆ। ਅਤੇ ਜਿਹੜੇ ਬੰਦੇ ਕਹਿਣਗੇ ਕਿ ਉਹਨਾਂ ਨੇ ਸਿੰਘਾਂ ਦੀ ਕਾਹਤੋਂ ਸੁਣੀ, ਉਹ ਤਾਂ ਸਿੰਘਾਂ ਨੂੰ ਹੁਕਮ ਦੇ ਸਕਦੇ ਸੀਗੇ। ਮੈਂ ਨਾ ਸਮੇਂ ਇੱਦਾਂ ਬਣ ਗਿਆ ਸੀਗਾ, ਗੁਰੂ ਜੀ ਦੇ ਜਿਹੜੇ ਸਿੰਘ ਸੀਗੇ ਉਹਨਾਂ ਦਾ ਮਨ ਗੁਰੂ ਤੋਂ ਡੋਲ ਰਿਹਾ ਸੀ। ਅਤੇ ਜੇ ਗੁਰੂ ਜੀ ਆਪਣੇ ਸਿੰਘਾਂ ਦੀ ਗੱਲ ਨਾ ਸੁਣਨ, ਕਿਉਂਕਿ ਗੁਰੂ ਜੀ ਨੇ ਕਿਹਾ ਆ ਕਿ ਪੰਜ ਸਿੰਘ ਜਿਹੜੇ ਵੀ ਹੁਕਮ ਕਰਨਗੇ ਉਹ ਹੀ ਸਭ ਤੋਂ ਉੱਚਾ ਹੁਕਮ ਆ, ਪੰਜ ਪਿਆਰਿਆਂ ਦਾ ਹੁਕਮ ਹੀ ਸਭ ਤੋਂ ਉੱਚਾ ਹੁਕਮ ਆ। ਅੱਜ ਵੀ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆਇਆ ਜਾਂ ਅੱਜ ਹਲੇ ਹਲੇ ਹਜ਼ੂਰ ਸਾਹਿਬ ਤੋਂ ਹੁਕਮ ਆਇਆ ਆ, ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਨਹੀਂ ਕੀਤਾ, ਉਹ ਖਾਲਸੇ ਪੰਥ ਨੇ ਕੀਤਾ ਆ। ਪੰਜ ਪਿਆਰਿਆਂ ਦੀ ਸਹਿਮਤੀ ਨਾਲ ਹੋਇਆ ਉਹ ਹੁਕਮ। ਅਤੇ ਆਹ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਜਿਹੜਾ ਵੀ ਹੁਕਮ ਪੰਜ ਪਿਆਰੇ ਕਰਨਗੇ, ਜਦੋਂ ਆਪਾਂ ਕੋਈ ਗਲਤੀ ਕਰਦੇ ਹਾਂ, ਪੰਥ ਦੇ ਖਿਲਾਫ ਕੋਈ ਗਲਤੀ ਕਰਦੇ ਹਾਂ, ਤਾਂ ਸਾਨੂੰ ਜਿਹੜੀ ਸਜ਼ਾ ਆ ਉਹ ਪੰਜ ਪਿਆਰੇ ਦਿੰਦੇ ਆ। ਭਾਵੇਂ ਕੋਈ ਵੀ ਸਜ਼ਾ ਹੋਵੇ, ਸਾਨੂੰ ਸਰ ਮੱਥੇ ਲਾਉਣੀ ਚਾਹੀਦੀ ਆ ਉਹ। ਅਤੇ ਹੁਣ ਆਪਾਂ ਗੱਲ ਖਤਮ ਕਰਦੇ ਹਾਂ, ਆ ਵੀਡੀਓ ਦੀ ਸਮਾਪਤੀ ਕਰਦੇ ਹਾਂ। ਆਹੀ ਕੁਝ ਸਵਾਲ ਸੀਗੇ ਜਿਹੜੇ ਬੰਦਿਆਂ ਨੂੰ ਦਿੱਕਤ ਸੀਗੀ, ਸਮਝ ਨਹੀਂ ਪੈ ਰਹੀ ਸੀ, ਉਹ ਸਮਾਪਤ ਹੋ ਗਈ ਆ। ਅਤੇ ਜਿਹੜੀ ਵੀ ਬੰਦਿਆਂ ਨੂੰ ਇਹ ਸਵਾਲ ਸੀਗੇ, ਉਹਨਾਂ ਨੂੰ ਮੈਂ ਚਾਹੁੰਦਾ ਕਿ ਤੁਸੀਂ ਉਹਨਾਂ ਬੰਦਿਆਂ ਨੂੰ ਇਹ ਸੈਂਡ ਕਰੋ, ਉਹਨਾਂ ਨੂੰ ਵੀ ਪਤਾ ਲੱਗੇ ਕੀ ਹੋਇਆ ਸੀ, ਕੀ ਸਮਾਂ ਬਣਿਆ ਸੀ ਉਸ ਵਕਤ ਜੀ ਕਾਹਤੋਂ ਗੁਰੂ ਜੀ ਨੂੰ ਕਿਲ੍ਹਾ ਛੱਡਣਾ ਪਿਆ। ਚਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।